ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਅੱਜ ਗੁਰੂ ਨਾਨਕ ਭਵਨ ਵਿਖੇ ਕਰਵਾਇਆ ਗਿਆ, ਜਿਸ ਵਿੱਚ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਡਾਕਟਰ ਰੂਪ ਸਿੰਘ ਮੁੱਖ ਸਕੱਤਰ, ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਜੀ ਅਤੇ ਨਾਲ ਹੀ ਮੈਂਬਰ ਬਾਵਾ ਸਿੰਘ ਗੁਮਾਨਪੁਰਾ ਦੀ ਸਮੇਤ ਹੋਰ ਕਈ ਸ਼ਖਸੀਅਤਾਂ ਇਸ ਸੈਮੀਨਾਰ ਵਿੱਚ ਸ਼ਾਮਲ ਹੋਈਆਂ ਅਤੇ ਫਿਰ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਸੈਮੀਨਾਰ ਵਿੱਚ ਪਹੁੰਚੇ ਸਿੱਖ ਪੰਥ ਦੇ ਮਹਾਨ ਵਿਦਵਾਨਾਂ ਵੱਲੋਂ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ ਗਏ ਅਤੇ ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਬਾਰੇ ਸੁਨੇਹਾ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣਯੋਗ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣਯੋਗ ਸਕੱਤਰ ਅਤੇ ਸਮੁੱਚੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਮਨਾਉਣ ਵਾਸਤੇ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ। ਅੱਜ ਗੁਰੂ ਨਾਨਕ ਭਵਨ ਵਿਖੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ ਹੈ, ਜਿਹਦੇ ਵਿੱਚ ਚੰਗੇ ਚੰਗੇ ਵਿਦਵਾਨ ਬੁਲਾਏ ਨੇ, ਜਿਨ੍ਹਾਂ ਨੇ ਆਪਣੇ ਵਿਚਾਰ ਸੰਗਤਾਂ ਦੇ ਸਾਹਮਣੇ ਰੱਖਣੇ ਨੇ। ਸਤਿਗੁਰੂ ਨਾਨਕ ਦੇਵ ਜੀ ਨੇ ਬਹੁਤ ਵੱਡੇ ਪਰਉਪਕਾਰ ਮਾਤ ਲੋਕ ਵਿੱਚ ਆ ਕਰਕੇ ਕੀਤੇ, ਸਮੁੱਚੀ ਲੋਕਾਈ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ। ਜਾਤਾਂ ਪਾਤਾਂ ਔਰ ਪਖੰਡ ਆਦਿਕ ਦਾ ਸਤਿਗੁਰਾਂ ਨੇ ਖੰਡਨ ਕੀਤਾ, ਇੱਕ ਨਾਲ ਜੋੜਿਆ ਔਰ ਸਤਿਗੁਰੂ ਪਾਤਸ਼ਾਹ ਜੀ ਨੂੰ ਸਾਰੇ ਧਰਮਾਂ ਨੇ ਨਮਸਕਾਰ ਕੀਤੀ, ਸਾਰੇ ਧਰਮਾਂ ਨੇ ਆਪਣਾ ਰਹਿਬਰ ਮੰਨਿਆ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਸੋ ਪ੍ਰਕਾਸ਼ ਗੁਰਪੁਰਬ ਦੀਆਂ ਸਮੁੱਚੇ ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈਆਂ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਇੱਕ ਅੰਤਰਰਾਸ਼ਟਰੀ ਸੈਮੀਨਾਰ ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ ਗੁਰੂ ਨਾਨਕ ਸਾਹਿਬ ਦੇ ਜੀਵਨ ਦਰਸ਼ਨ ਅਤੇ ਵਿਚਾਰਧਾਰਾ ਬਾਰੇ ਕਰਾਇਆ ਜਾ ਰਿਹਾ। ਸਾਨੂੰ ਖੁਸ਼ੀ ਆ ਕਿ ਅੱਜ ਇਸ ਸੈਮੀਨਾਰ ਦੇ ਵਿੱਚ ਸ਼ਾਂਤੀ ਨਿਕੇਤਨ ਯੂਨੀਵਰਸਿਟੀ ਬੰਗਾਲ ਤੋਂ, ਜੰਮੂ ਕਸ਼ਮੀਰ ਤੋਂ ਅਤੇ ਪੰਜਾਬ ਭਰ ਤੋਂ ਵਿਦਵਾਨ ਜਿਹੜੇ ਨੇ ਉਹ ਆਪਣੇ ਪਰਚੇ ਪੜ੍ਹ ਰਹੇ ਨੇ। ਇਸ ਸੈਮੀਨਾਰ ਦੀ ਜਿਹੜੀ ਆਰੰਭਕ ਸ਼ਬਦ ਨੇ ਉਹ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਕਹੇ ਨੇ। ਪ੍ਰਧਾਨਗੀ ਪ੍ਰੋਫੈਸਰ ਕਿਰਪਾਲ ਸਿੰਘ ਜੀ ਬਡੂੰਗਰ, ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੇ ਨੇ। ਇਸ ਸੈਮੀਨਾਰ ਦਾ ਇੱਕੋ ਹੀ ਮੰਤਵ ਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਿਹੜੀ ਨਿਰਮਲ ਵਿਚਾਰਧਾਰਾ ਵਾ, ਜਿਹੜੀ ਸਮੁੱਚੀ ਮਨੁੱਖਤਾ ਵਾਸਤੇ ਆ, ਸਰਬੱਤ ਦੇ ਭਲੇ ਵਾਸਤੇ ਆ, ਉਹਦਾ ਪ੍ਰਚਾਰ ਪ੍ਰਸਾਰ ਕੀਤਾ ਜਾ ਸਕੇ। ਗੁਰੂ ਨਾਨਕ ਸਾਹਿਬ ਜਿਹੜੇ ਆ ਉਹ ਕਿਸੇ ਧਰਮ ਜਾਤ ਫਿਰਕੇ ਖੇਤਰ ਨਾਲ ਸੰਬੰਧਿਤ ਨਹੀਂ, ਗੁਰੂ ਨਾਨਕ ਸਾਹਿਬ ਬ੍ਰਹਿਮੰਡੀ ਪਰਸਨੈਲਿਟੀ ਆ ਜਿਹੜੇ ਟਾਈਮ ਅਤੇ ਸਪੇਸ ਤੋਂ ਉੱਪਰ ਨੇ ਅਤੇ ਉਹਨਾਂ ਦੀ ਜਿਹੜੀ ਸਿੱਖਿਆ ਵਾ ਉਹ ਵੀ ਟਾਈਮ ਅਤੇ ਸਪੇਸ ਤੋਂ ਉੱਪਰ ਆ। ਗੁਰੂ ਨਾਨਕ ਦੇ ਕਿਰਤ ਸਿਧਾਂਤ ਨਾਲ ਜੁੜ ਕੇ, ਕਿਰਤ ਸੱਭਿਆਚਾਰ ਨਾਲ ਜੁੜ ਕੇ ਸਿੱਖਾਂ ਨੇ ਭਾਰਤ ਨੂੰ ਮੰਗਤਿਆਂ ਦੇ ਦੇਸ਼ ਤੋਂ ਕਿਰਤੀਆਂ ਦਾ ਦੇਸ਼ ਬਣਾ ਦਿੱਤਾ, ਦਾਤਿਆਂ ਦਾ ਦੇਸ਼ ਬਣਾ ਦਿੱਤਾ। ਸਿੱਖ ਮੰਗਤਾ ਨਹੀਂ ਹੋ ਸਕਦਾ, ਜਿਹੜਾ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਮੰਨਦਾ ਵਾ ਉਹ ਕਿਰਤ ਤਾਂ ਹਰ ਤਰ੍ਹਾਂ ਦੀ ਕਰ ਸਕਦਾ ਪਰ ਮੰਗ ਕੇ ਨਹੀਂ ਖਾ ਸਕਦਾ, ਵਿਹਲ ਨਹੀਂ ਰਹਿ ਸਕਦਾ, ਆਲਸੀ ਨਹੀਂ ਹੋ ਸਕਦਾ। ਉਹ ਹਮੇਸ਼ਾ ਹੀ ਉਦਮਸ਼ੀਲ ਆ, ਗਿਆਨ ਦੀ ਪ੍ਰਾਪਤੀ ਕਰਕੇ ਗਿਆਨ ਨੂੰ ਵੰਡਣਾ, ਕਿਰਤ ਕਰਕੇ ਉਹਨੂੰ ਵੰਡ ਕੇ ਛਕਣਾ, ਆਪਣੇ ਲੋੜਵੰਦ ਭਰਾਵਾਂ ਦੀ ਮਦਦ ਕਰਨਾ, ਨਾਨਕ ਨਿਰਮਲ ਪੰਥ ਦੀ ਵਿਚਾਰਧਾਰਾ ਦਾ ਸਭ ਤੋਂ ਵੱਡਾ ਸਦਗੁਣ ਆ। ਇਹੀ ਕਾਰਨ ਹੈ ਕਿ ਹਰ ਸਿੱਖ ਸਵੇਰੇ ਸ਼ਾਮ ਇਹੀ ਅਰਦਾਸ ਕਰਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਚਾਹਰ ਪੇ ਜਗਦੁਰ ਬਾਬਾ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਸਭ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਵਧਾਈ ਦਿੰਦਾ। ਦੂਸਰਾ, ਇਹ ਸ਼ਾਇਦ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਇੱਕੋ ਇੱਕ ਐਸੇ ਦੁਨੀਆ ਦੇ ਰਹਿਬਰ ਹੋਏ ਨੇ ਜਿਨ੍ਹਾਂ ਦਾ 550 ਸਾਲਾ ਪ੍ਰਕਾਸ਼ ਪੁਰਬ ਸਾਰੀ ਦੁਨੀਆ ਵਿੱਚ ਸਾਰੇ ਧਰਮਾਂ ਦੇ ਲੋਕਾਂ ਵੱਲੋਂ ਮਨਾਇਆ ਜਾ ਰਿਹਾ। ਔਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਿਸੇ ਇੱਕ ਧਰਮ ਦੇ, ਕਿਸੇ ਇੱਕ ਜਾਤ ਦੇ, ਕਿਸੇ ਇੱਕ ਦੇਸ਼ ਦੇ, ਇੱਕ ਸੂਬੇ ਦੇ ਰਹਿਬਰ ਨਹੀਂ ਸਨ, ਉਹ ਬ੍ਰਹਿਮੰਡੀ ਚੇਤਨਾ ਦੇ ਨਾਇਕ ਸਨ ਜਿਹਨੇ ਸਾਰੇ ਬ੍ਰਹਿਮੰਡ ਦਾ ਗਿਆਨ ਸੰਸਾਰ ਨੂੰ ਦਿੱਤਾ ਔਰ ਉਸ ਗਿਆਨ ਨੂੰ ਵੰਡਣ ਵਾਸਤੇ ਚਾਰ ਉਦਾਸੀਆਂ ਵੀ ਉਹਨਾਂ ਨੇ ਕੀਤੀਆਂ। ਔਰ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾ ਪੰਥ ਦੀ ਸਿਰਮੋਰ ਧਾਰਮਿਕ ਜਥੇਬੰਦੀ ਹੈ, ਉਹ ਆਪਣਾ ਇਸ ਪੱਖ ਦੇ ਜਿਹੜਾ ਪੂਰਾ ਫਰਜ਼ ਨਿਭਾਉਂਦਿਆਂ ਹੋਇਆ ਢਾਡੀ ਦਰਬਾਰ, ਕਵੀ ਦਰਬਾਰ, ਕੀਰਤਨ ਦਰਬਾਰ ਔਰ ਨਗਰ ਕੀਰਤਨ ਵੱਖ ਵੱਖ ਤਰੀਕਿਆਂ ਨਾਲ ਜਿਹੜਾ ਉਹਨਾਂ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜੋ ਉਪਦੇਸ਼ ਹੈ
घर घर पहुँचाने का यतन कर रहे हैं। वो ही जो साढ़े स्कूल ने कॉलेज ने यूनिवर्सिटिया ने साडे बुद्धिजीवी बच्चे ने और टीचर अध्यापक ने उन्होंने भी ये शमूलियत करने वास्ते असं सैमीनार का जो सिस्टम है ये आरंभ किया। अज का जो सैमीनार है 15वां सैमीनार है, इस तरह ये लगातार जो जारी रहेगा ता जो जिन्हें साडे स्कूल कॉलेज से वो तो वो जिन्होंने कवर कर सकी जी नौजवान पीढ़ी बारे अपन सब ये तौखला रहा कि साडे नौजवान बच्चे गुरु ग्रंथ तो गुरु पंथ तो टुट रहे हैं। उन्होंने सारे की सहूलत जी यकीनी बनाने वास्ते ऐसा चतन कर रहे हैं। गुरु नानक का नाम, गुरु नानक का उपदेश, गुरु नानक दी कहानियां, गुरु नाम का ब्रह्मंडी चेतना का संदेश जरा उसी घर घर पहुँचाने का यतन कर रहे हैं।